ਹਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਤ ਪ੍ਰੀ ਪ੍ਰਾਇਮਰੀ 8393 ਪੋਸਟਾਂ ਦੇ ਸਿਲੇਬਸ ਦੇ ਅਕੋਰਡਿੰਗ ਆਪਾਂ ਤੁਹਾਡੀ ਤਿਆਰੀ ਕਰਾ ਰਹੇ ਹਾਂ ਚਾਈਲਡ ਡਿਵੈਲਪਮੈਂਟ ਦਾ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਸਿਲੇਬਸ ਦੇ ਵਿੱਚ 60 ਨੰਬਰ ਦਾ ਪੋਰਸ਼ਨ ਹੈ ਜੋ ਕਿ ਪਾਲਿਸੀਜ਼ ਕਰਿਕੂਲਮ ਤੇ ਪੈਡਾਗੋਜੀ ਚਾਈਲਡ ਡਿਵੈਲਪਮੈਂਟ ਨਾਲ ਸੰਬੰਧਤ ਹੈ ਸੋ ਸਾਰੇ ਤਰ੍ਹਾਂ ਦੇ ਸਿਲੇਬਸ ਦੇ ਨਾਲ 94 एमसीक्यू ਲੈ ਕੇ ਆਵਾਂਗੇ ਤੁਹਾਡੇ ਲਈ ਇਸੇ ਲੜੀ ਦੇ ਤਹਿਤ ਅੱਜ ਲੈ ਕੇ ਆਏ ਹਾਂ ਬਹੁਤ ਵਧੀਆ ਇਹ ਭਾਗ ਸੋ ਚੈਨਲ ਨਾਲ ਜੁੜੇ ਰਹਿਣਾ ਸਬਸਕ੍ਰਾਈਬ ਕਰ ਲੈਣਾ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਪਹਿਲਾਂ ਪਾਈਆਂ ਜਾ ਚੁੱਕੀਆਂ ਵੀਡੀਓ ਨੂੰ ਜ਼ਰੂਰ ਦੇਖਣਾ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਪਤਾ ਲਗਾਉਣਾ ਕਿ ਤੁਹਾਨੂੰ ਕਿੰਨੇ ਪ੍ਰਸ਼ਨ ਆਉਂਦੇ ਨੇ ਤੇ ਕਿੰਨੇ ਤੁਹਾਡੇ ਹਜੇ ਦੁਆਰਾ ਤਿਆਰੀ ਕਰਨ ਵਾਲੀ ਹੈ ਸ਼ੁਰੂ ਕਰਦੇ ਆਪਾਂ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਪ੍ਰਤਿਵਾਸਾਲੀ ਬੱਚਿਆਂ ਲਈ ਪਾਠਸ਼ਾਲਾ ਦਾ ਅਨੁਸ਼ਾਸਨ ਕਿਹੋ ਜਿਹਾ ਹੋਵੇ ਸੋ ਦੋਸਤੋ ਜਿਹੜੇ ਬੱਚੇ ਪ੍ਰਤਿਵਾਸਾਲੀ ਹੁੰਦੇ ਨੇ ਉਹਨਾਂ ਦੀ ਜਿਹੜੀ ਪਾਠਸ਼ਾਲਾ ਦਾ ਅਨੁਸ਼ਾਸਨ ਹੈ ਉਹ ਕਿਹੋ ਜਿਹਾ ਹੋਵੇ ਢਿੱਲਾ ਹੋਵੇ ਸਖਤ ਹੋਵੇ ਪ੍ਰਜਾਤੰਤਰ ਦੇ ਆਧਾਰ ਤੇ ਹੋਵੇ ਜਾਂ ਕੋਈ ਨਹੀਂ ਸੋ ਦੋਸਤੋ ਇਹ ਆਪਸ਼ਨ ਨੰਬਰ 3 ਸਹੀ ਹੈ ਇਹ ਪ੍ਰਜਾਤੰਤਰ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਅਜਿਹੇ ਬੱਚਿਆਂ ਦਾ ਜਿਹੜਾ ਅਨੁਸ਼ਾਸਨ ਹੈ ਪਾਠਸ਼ਾਲਾ ਦੇ ਵਿੱਚ ਉਹ ਜ਼ਿਆਦਾ ਢਿੱਲਾ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਸਖਤ ਵੀ ਨਹੀਂ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਕਰਦੇ ਆ ਜੀ ਪ੍ਰਦੇਸ਼ਾਲੀ ਬੱਚੇ ਕਿਸ ਕਾਰਨ ਹੰਕਾਰੀ ਤੇ ਜਿੱਦੀ ਹੋ ਸਕਦੇ ਨੇ ਸੋ ਦੋਸਤੋ ਇਹ ਮਾਤਾ ਪਿਤਾ ਦੇ ਕਾਰਨ ਹੋ ਸਕਦੇ ਨੇ ਲੋੜ ਤੋਂ ਵੱਧ ਪ੍ਰਸ਼ੰਸਾ ਦੇ ਕਾਰਨ ਹੋ ਸਕਦੇ ਨੇ ਪੜ੍ਹਾਈ ਵਿੱਚ ਰੁਚੀ ਦੇ ਕਾਰਨ ਹੋ ਸਕਦੇ ਨੇ ਸਧਾਰਨ ਬੱਚਾ ਦੀ ਸਮੱਸਿਆ ਦੇ ਕਾਰਨ ਹੋ ਸਕਦੇ ਨੇ ਸੋ ਦੋਸਤੋ ਆਪਸ਼ਨ ਨੰਬਰ ਜਿਹੜੀ 2 ਆ ਇਹ ਸਹੀ ਹੈ ਜੇਕਰ ਆਪਾਂ ਪ੍ਰਤਿਭਾਸ਼ਾਲੀ ਬੱਚੇ ਜਿਹੜੇ ਉਹਨਾਂ ਦੀ ਲੋੜ ਤੋਂ ਵੱਧ ਪ੍ਰਸ਼ੰਸਾ ਕਰਾਂਗੇ ਤਾਂ ਉਹ ਥੋੜੇ ਜਿਹੀ ਜਿੱਦੀ ਜਾਂ ਹੰਕਾਰੀ ਹੋ ਸਕਦੇ ਨੇ ਸੋ ਬੱਚਿਆਂ ਦੇ ਨਾਲ ਮੇਲਜੋਲ ਦਾ ਜਿਹੜਾ ਸੰਤੋਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਜਿਆਦਾ ਉਹਨਾਂ ਦੀ ਪ੍ਰਸ਼ੰਸਾ ਵੀ ਨਹੀਂ ਕਰਨੀ ਚਾਹੀਦੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 3 ਨਾਟਕ ਸੰਗੀਤ ਨ੍ਰਿਤ ਸੰਗੀਤ ਆਦ ਰੁਚੀਆਂ ਦਾ ਪਤਾ ਲਾਉਣ ਲਈ ਕਿਹੜੀ ਪ੍ਰੀਖਿਆ ਲਈ ਜਾ ਸਕਦੀ ਹੈ ਜੀ ਰੂਚੀ ਪ੍ਰੀਖਿਆ ਰੁਝਾਨ ਪ੍ਰੀਖਿਆ ਬੁੱਧੀ ਪ੍ਰੀਖਿਆ ਸਿੱਖਿਆ ਨਿਰੀਖਣ ਪ੍ਰੀਖਿਆ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਰੁਝਾਨ ਪ੍ਰੀਖਿਆ ਲਈ ਜਾ ਸਕਦੀ ਹੈ ਉਹਨਾਂ ਦੇ ਵਿੱਚ ਜੇ ਕੋਈ ਰੁਚੀ ਹੈਗੀ ਸੰਗੀਤ ਨਾਟਕ ਦੇ ਨਾਲ ਸੰਬੰਧਿਤ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 4 ਜਤਵਾ ਵਾਲੀ ਬੱਚਿਆਂ ਵਿੱਚ ਕਿਹੜੇ ਔਗਣ ਹੁੰਦੇ ਨੇ ਦੂਸਰਿਆਂ ਦੀ ਨਿੰਦਾ ਕਰਨਾ ਸ਼ਬਦ ਜੋੜ ਅਸ਼ੁੱਧਤਾ ਹੰਕਾਰੀ ਅਤੇ ਈਰਖਾਲੂ ਉਪਰੋਕਤ ਸਾਰੇ ਸੋ ਆਪਸ਼ਨ ਨੰਬਰ 4 ਇਹ ਸਹੀ ਹੈ ਜੀ ਉਪਰੋਕਤ ਸਾਰੇ ਹੀ ਨੇ ਜਿਹੜੇ ਔਗਣ ਹੁੰਦੇ ਨੇ ਰਿਤਵਾਸਾਲੀ ਬੱਚਿਆਂ ਦੇ ਵਿੱਚ ਪ੍ਰਸ਼ਨ ਨੰਬਰ 5 ਸਮਾਜਿਕ ਤੌਰ ਤੇ ਰਿਤਵਾਸਾਲੀ ਬੱਚੇ ਆਪਣੇ ਗਰੁੱਪ ਵਿੱਚ ਬਧੇਰੇ ਪਰਿਪੱਕ ਅਤੇ ਹਰਮਨਪਿਆਰੇ ਸਿੱਧ ਹੁੰਦੇ ਨੇ ਕਿਉਂਕਿ ਉਹ ਹਸਮੁਖ ਹੁੰਦੇ ਹਨ ਪ੍ਰਸ਼ਨ ਕਰਨ ਵਾਲੇ ਉਦਾਰ ਤੇ ਇਮਾਨਦਾਰ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੀਆਂ ਆਪਸ਼ਨਾਂ ਸਹੀ ਵੈਂਦੀਆਂ ਨੇ ਪ੍ਰਸ਼ਨ ਦੇ ਹਿਸਾਬ ਨਾਲ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਪ੍ਰਤਿਭਾਸ਼ਾਲੀ ਵਿਦਿਆਰਥੀ ਦਾ ਆਤਮ ਪ੍ਰਗਟਾ ਹੈ ਉਹ ਕੀ ਹੁੰਦਾ ਹੈ ਚੰਗਾ ਨਹੀਂ ਹੁੰਦਾ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ ਸਪਸ਼ਟ ਨਹੀਂ ਹੁੰਦਾ ਚੰਗੇ ਮਿਆਰ ਦਾ ਸਪਸ਼ਟ ਤੇ ਫੁਰਤੀਲਾ ਆਪਸ਼ਨ ਨੰਬਰ 4 ਸਹੀ ਹੈ ਜੀ ਜਿਹੜਾ ਪ੍ਰਤਿਭਾ ਹਾਲੀ ਬੱਚਿਆਂ ਦਾ ਵਿਦਿਆਰਥੀਆਂ ਦਾ ਆਤਮ ਪ੍ਰਗਟਾਏਗਾ ਉਹ ਚੰਗੇ ਬਿਆਰ ਦਾ ਸਪਸ਼ਟ ਤੇ ਫਰਤੀਲਾ ਹੁੰਦਾ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਤਿਭਾਸ਼ਾਲੀ ਬੱਚਿਆਂ ਲਈ ਵੱਖਰੀਆਂ ਜਮਾਤਾਂ ਬਣਾਉਣ ਵਿਰੁੱਧ ਦਲੀਲਾਂ ਦੇਣ ਵਾਲਿਆਂ ਦਾ ਕਹਿਣਾ ਹੈ ਸੋ ਦੋਸਤੋ ਜਿਹੜੇ ਪ੍ਰਤਿਭਾ ਹਾਲੀ ਬੱਚੇ ਨੇ ਉਹਨਾਂ ਲਈ ਵੱਖਰੀਆਂ ਜਮਾਤਾਂ ਬਣਾਉਣ ਦੇ ਸੰਬੰਧੀ ਉਹਨਾਂ ਦੇ ਵਿਰੁੱਧ ਦਲੀਲਾਂ ਦੇਣ ਵਾਲਿਆਂ ਦਾ ਜਿਹੜਾ ਕਹਿਣਾ ਹੈ ਜੀ ਇਸ ਪ੍ਰਕਾਰ ਦੀ ਸਿੱਖਿਆ ਮਹਿੰਗੀ ਹੈ ਟ੍ਰੇਡ ਤੇ ਯੋਗ ਅਧਿਆਪਕ ਨਹੀਂ ਮਿਲਦੇ ਬਹੁਤ ਹੀ ਘੱਟ ਬੱਚੇ ਸਮਾਜ ਦੇ ਲੀਡਰ ਬਣ ਸਕਦੇ ਹਨ ਉਪਰੋਕਤ ਸਾਰੇ ਸੋ ਆਪਸ਼ਨ ਨੰਬਰ 4 ਸਹੀ ਹੈ ਜੀ ਉਪਰੋਕਤ ਸਾਰੀਆਂ ਆਪਸ਼ਨਾਂ ਪ੍ਰਸ਼ਨ ਦੇ ਹਿਸਾਬ ਨਾਲ ਸਹੀ ਨੇ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਤਿਭਾ ਵਾਲੇ ਬੱਚੇ ਕਿਹੜੇ ਬੱਚਿਆਂ ਨਾਲ ਮਿੱਤਰਤਾ ਕਰਨਾ ਚਾਹੁੰਦੇ ਹਨ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬਹੁਤ ਸਾਰੇ ਪੇਪਰਾਂ ਦੇ ਵਿੱਚ ਆਇਆ ਹੋਇਆ ਪ੍ਰਸ਼ਨ ਹੈ ਇਹ ਜਿਹੜੇ ਪ੍ਰਤਿਭਾ ਵਾਲੇ ਬੱਚੇ ਨੇ ਕਿਹੜੇ ਬੱਚਿਆਂ ਨਾਲ ਮਿੱਤਰਤਾ ਕਰਨਾ ਚਾਹੁੰਦੇ ਹਨ ਆਪਣੀ ਛੋਟੀ ਉਮਰ ਆਪਣੇ ਤੋਂ ਛੋਟੀ ਉਮਰ ਹਮ ਉਮਰ ਬੱਚਿਆਂ ਨਾਲ ਆਪਣੇ ਤੋਂ ਵੱਡਿਆਂ ਨਾਲ ਸਹਿਪਾਠੀ ਬੱਚਿਆਂ ਨਾਲ ਆਪਸ਼ਨ ਨੰਬਰ 3 ਹੈ ਜਿਹੜੀ ਸਹੀ ਹੈ ਜੀ ਆਪਣੇ ਤੋਂ ਵੱਡੇ ਬੱਚਿਆਂ ਨਾਲ ਉਹ ਮਿੱਤਰਤਾ ਕਰਨਾ ਚਾਹੁੰਦੇ ਨੇ ਜਿਹੜੇ ਪ੍ਰਤਿਵਾਸ਼ਾਲੀ ਬੱਚੇ ਹੁੰਦੇ ਨੇ ਜਿਆਦਾ ਤੇਜ਼ ਹੁੰਦੇ ਨੇ ਉਹ ਬੱਚੇ ਨਾ ਜ਼ਿਆਦਾਤਰ ਮਤਲਬ ਵੱਡਿਆਂ ਦੀ ਨਕਲ ਕਰਦੇ ਨੇ ਵੱਡਿਆਂ ਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦੇ ਨੇ ਉਹ ਪ੍ਰਸ਼ਨ ਨੰਬਰ 9 ਸਿੱਖਣ ਨਿਰਯੋਗਤਾ ਸਿੱਖਣ ਨਰਜੋਗਤਾ ਦਾ ਭਾਵ ਹੈ ਇੱਕ ਸਥਿਰ ਅਵਸਥਾ ਇੱਕ ਪਰਵਰਤਨ ਅਵਸਥਾ ਹੈ ਜ਼ਰੂਰੀ ਨਹੀਂ ਕਿ ਕੌਮ ਕੰਮ ਕਰਨ ਨੂੰ ਪ੍ਰਭਾਵਿਤ ਕਰੇ ਸੁਧਾਰ ਦੇ ਯੋਗ ਨਹੀਂ ਹੁੰਦੀ ਸੋ ਜਿਹੜੀ ਸਿੱਖਣ ਦੀ ਨਰਜੋਗਤਾ ਹੈਗੀ ਸਿੱਖਣ ਦੇ ਵਿੱਚ ਕੋਈ ਨਰਜੋਗਤਾ ਪਾਈ ਜਾਂਦੀ ਹੈ ਉਹ ਇੱਕ ਪਰਵਰਤਨ ਅਵਸਥਾ ਹੈ ਜੀ ਇਹਨੂੰ ਮਤਲਬ ਇਹਦੇ ਵਿੱਚ ਪਰਵਰਤਨ ਕੀਤਾ ਜਾ ਸਕਦਾ ਹੈ ਸਮੇਂ ਦੇ ਹਿਸਾਬ ਨਾਲ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਜੇ ਕੋਈ ਚੀਜ਼ ਨੂੰ ਸਿੱਖਣ ਦੇ ਵਿੱਚ ਅਸੀਂ ਸਫਲ ਹੁੰਦੇ ਆ ਬੱਚੇ ਤਾਂ ਉਹ ਸਮੇਂ ਦੇ ਹਿਸਾਬ ਨਾਲ ਪ੍ਰੈਕਟਿਸ ਦੇ ਹਿਸਾਬ ਨਾਲ ਉਹਦੇ ਵਿੱਚ ਪਰਵਰਤਨ ਲਿਆਂਦਾ ਜਾ ਸਕਦਾ। ਪ੍ਰਸ਼ਨ ਨੰਬਰ 10 ਇੱਕ ਨਰਸਰੀ ਜਮਾਤ ਦੀ ਸ਼ੁਰੂਆਤ ਕਰਨ ਲਈ ਨਿਮਨਲਿਖਤ ਵਿਸ਼ਾ ਸਭ ਤੋਂ ਵਧੀਆ ਹੈ। ਜਦੋਂ ਨਰਸਰੀ ਜਮਾਤ ਦੀ ਸ਼ੁਰੂਆਤ ਕਰਦੇ ਆਂ ਆਪਾਂ ਸ਼ੁਰੂਆਤ ਕਿੱਥੋਂ ਕਰਨੀ ਹੈ ਉਹਦੇ ਲਈ ਵਿਸ਼ਾ ਕਿਹੜਾ ਹੋਣਾ ਚਾਹੀਦਾ ਹੈ? ਮੇਰੇ ਗਵਾਂਡ ਦਾ ਵਿਸ਼ਾ, ਮੇਰਾ ਸਕੂਲ, ਮੇਰਾ ਪਰਿਵਾਰ, ਮੇਰੇ ਤੋਂ ਚੰਗੇ ਦੋਸਤ, ਦੋਸਤ। অপশন নম্বর 3 হে সহি হ জি মিরা পরিবার ਜਿਹੜਾ ਵਿਸ਼ਾ ਹੈ ਨਰਸਰੀ ਜਮਾਦੀ ਸ਼ੁਰੂਆਤ ਕਰਨ ਲਈ ਢੁਕਵਾ ਵਿਸ਼ਾ ਹੈ। ਪ੍ਰਸ਼ਨ ਨੰਬਰ 11 ਜੀ ਸਿੱਖਣ ਦੇ ਅੰਤਰਦ੍ਰਿਸ਼ਟੀ ਸਿਧਾਂਤ ਨੂੰ ਨਿਮਨ ਲਿਖਤ ਵਿੱਚੋਂ ਕਿਸ ਨੇ ਅੱਗੇ ਵਧਾਇਆ ਸਿੱਖਣ ਦਾ ਜਿਹੜਾ ਅੰਤਰਦ੍ਰਿਸ਼ਟੀ ਸਿਧਾਂਤ ਸੀ ਜੀ ਉਹਨੂੰ ਜੀਨ ਪਿਆਜੇ ਨੇ ਅੱਗੇ ਵਧਾਇਆ ਵਾਇਗੁਸਟਕੀ ਨੇ ਅੱਗੇ ਵਧਾਇਆ ਵਧਾਇਆ ਗੈਸਟ ਗੈਸਟਾਲਾਈਕ ਸਿਧਾਂਤਵਾਦੀਆਂ ਨੇ ਜਾਂ ਪੱਲਵ ਨੇ ਸੋ ਇਹ ਆਪਸ਼ਨ ਨੰਬਰ 3 ਸੀ ਜਿਹੜੀ ਜਿਹੜੇ ਗੈਸਟ ਗੈਸਟ ਲਾਈਕ ਸਿਧਾਂਤਵਾਦੀ ਸੀ ਉਹਨਾਂ ਨੇ ਇਹਨਾਂ ਨੂੰ ਅੱਗੇ ਵਧਾਇਆ ਸੀ ਜੀ ਉਹ ਮਤਲਬ ਜਿਵੇਂ ਕਾਰਟ ਕੋਫਾ ਕੋਲਰ ਇਹ ਸਾਰੇ ਸੀਗੇ ਇਹਦੇ ਵਿੱਚ ਜੀ ਗੈਸਟਾ ਲਾਈਕ ਸਿਧਾਂਤ ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 12 ਪ੍ਰਸ਼ਨ ਨੰਬਰ 11 ਹੋ ਗਿਆ ਜੀ ਆਪਣਾ ਪ੍ਰਸ਼ਨ ਨੰਬਰ 12 ਦੇਖਦੇ ਆਂ ਨਿਮਨ ਲਿਖਤ ਵਿੱਚੋਂ ਕਿਹੜੀ ਸਮਾਜਿਕ ਕਰਨ ਦੀ ਨਿਸ਼ਕਿਰਿਆ ਏਜੰਸੀ ਹੈ ਨਿਮਨ ਲਿਖਤ ਵਿੱਚੋਂ ਜਿਹੜੀ ਚਾਰ ਸਹੀ ਹੈ ਲਾਇਬ੍ਰੇਰੀ ਨਿਮਨ ਲਿਖਤ ਵਿੱਚੋਂ ਸਮਾਜਿਕ ਕਰਨ ਦੀ ਨਿਸ਼ਕਿਰਿਆ ਏਜੰਸੀ ਹੈ ਲਾਇਬ੍ਰੇਰੀ ਪ੍ਰਸ਼ਨ ਨੰਬਰ 13 ਦੇਖਦੇ ਹਾਂ ਐਨ ਸੀ ਐਫ ਵਾਲ ਦਿੰਦਾ ਹੈ ਸੋ ਦੋਸਤੋ ਐਨ ਸੀ ਐਫ ਵਾਲ ਦਿੰਦਾ ਹੈ ਕਰਕੇ ਸਿੱਖਣ ਤੇ ਰੱਟੇ ਤੇ ਸਮੱਸਿਆ ਹੱਲ ਕਰਨ ਉੱਪਰ ਉਪਰੋਕਤ ਸਾਰੇ ਸੋ ਇਹ ਜੀ ਆਪਸ਼ਨ ਨੰਬਰ 1 ਸਹੀ ਹੈ ਕਰਕੇ ਸਿੱਖਣ ਦੇ ਬਾਲ ਦਿੰਦਾ ਜੀ ਐਨਸੀਐਫ ਪ੍ਰਸ਼ਨ ਨੰਬਰ 14 ਚਿੰਤਨ ਮਾਨਸਿਕ ਕਿਰਿਆ ਦਾ ਕਿਹੜਾ ਪਹਿਲੂ ਹੈ ਗਿਆਨਾਤਮਕ ਭਾਵਨਾਤਮਕ ਕਿਰਿਆਤਮਕ ਜਾਂ ਕੋਈ ਨਹੀਂ ਸੋ ਆਪਸ਼ਨ ਨੰਬਰ 1 ਇਹ ਸਹੀ ਹੈ ਜੀ ਚਿੰਤਨ ਮਾਨਸਿਕ ਕਿਰਿਆ ਦਾ ਜਿਹੜਾ ਪਹਿਲੂ ਹੈ ਉਹ ਗਿਆਨਾਤਮਕ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 15 ਬਵਿਹਾਰਕ ਬੁੱਧੀ ਨੂੰ ਕੀ ਕਿਹਾ ਜਾਂਦਾ ਹੈ ਬਵਿਹਾਰਕ ਬੁੱਧੀ ਨੂੰ ਮੂਰਤ ਬੁੱਧੀ ਅਮੂਰਤ ਬੁੱਧੀ ਗਿਆਨਾਤਮਕ ਬੁੱਧੀ ਸਮਾਜਿਕ ਬੁੱਧੀ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਮੂਰਤ ਬੁੱਧੀ ਕਿਹਾ ਜਾਂਦਾ ਹੈ ਬੁੱਧੀ ਬਵਿਹਾਰਕ ਬੁੱਧੀ ਦੇ ਨਾਲ ਸੰਬੰਧਿਤ ਜਾਂ ਬੁੱਧੀ ਦੇ ਨਾਲ ਸੰਬੰਧਿਤ ਥਾਰਨਡਾਇਕ ਨੇ ਤਿੰਨ ਸਿਧਾਂਤ ਦਿੱਤੇ ਸੀਗੇ ਜੀ ਜਿਵੇਂ ਕਿ ਮੂਰਤ ਬੁੱਧੀ ਦਾ ਅਮੂਰਤ ਬੁੱਧੀ ਦਾ ਤੇ ਸਮਾਜਿਕ ਬੁੱਧੀ ਦਾ ਇਹ ਤਿੰਨ ਸਿਧਾਂਤ ਥਾਰਨ ਥਾਰਨਡਾਇਕ ਨੇ ਦਿੱਤੇ ਹੋਏ ਆ ਪ੍ਰਸ਼ਨ ਨੰਬਰ 16 20ਵੀਂ ਸਦੀ ਨੂੰ ਬੱਚੇ ਦੀ ਸਦੀ ਕਿਹਾ ਜਾਂਦਾ ਹੈ ਪਰਿਭਾਸ਼ਾ ਦਿਓ ਇਹ ਕਿਸ ਨੇ ਕਿਹਾ ਸੀ ਜੀ ਇੱਕ ਕਰੋ ਐਂਡ ਕਰੋ ਨੇ ਕਿਹਾ ਸੀ ਜੀ 20ਵੀਂ ਸਦੀ ਜਿਹੜੀ ਉਹ ਬੱਚੇ ਦੀ ਸਦੀ ਆ ਪ੍ਰਸ਼ਨ ਨੰਬਰ 16 ਦੇਖਦੇ ਹਾਂ ਜੀ ਵਿਕਾਸ ਦੀ ਪ੍ਰਕਿਰਿਆ ਵਿੱਚ ਚਾਰ ਬੁਨਿਆਦੀ ਤੱਤਾਂ ਦੀ ਖੋਜ ਕਿਸ ਨੇ ਕੀਤੀ ਜਿਹੜੇ ਵਿਕਾਸ ਹੈ ਜੀ ਬੱਚੇ ਦਾ ਉਹਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਚਾਰ ਤੱਤਾਂ ਦੀ ਖੋਜ ਸੀ ਜਿਹੜੀ ਜੀ ਉਹ ਅਰੈਕਸ਼ਨ ਨੇ ਸਕਿਨਰ ਨੇ ਪਿਆਜੇ ਨੇ ਜਾਂ ਕੋਲਰ ਨੇ ਸੋ ਇਹ ਪਿਆਜੇ ਨੇ ਕੀਤੀ ਸੀ ਜੀ ਜਾਂ ਕਹਿ ਸਕਦੇ ਆ ਪਿਆਜੇ ਦਾ ਜਿਹੜਾ ਸਿਧਾਂਤ ਸੀ ਉਹ ਚਾਰ ਸਟੇਜਾਂ ਦਾ ਸਿਧਾਂਤ ਸੀਗਾ ਅਗਲਾ ਪ੍ਰਸ਼ਨ ਦੇਖਦੇ ਆ ਪ੍ਰਸ਼ਨ ਨੰਬਰ 18 ਜੀ ਖੜਾਉਣਿਆਂ ਦੀ ਉਮਰ ਕਿਹਾ ਜਾਂਦਾ ਹੈ ਪੂਰਵ ਬਾਲਵਸਤਾ ਜਿਹਨੂੰ ਚਾਈਲਡਹੂਡ ਕਹਿੰਦੇ ਨੇ ਉੱਤਰ ਬਾਲਵਸਤਾ ਸ਼ਿਸ਼ੂ ਬਾਲਵਸਤਾ ਉਪਰੋਕਤ ਸਾਰੇ ਸੋ ਆਪਸ਼ਨ ਨੰਬਰ 1 ਸਹੀ ਹੈ ਜੀ ਪੂਰਵ ਬਾਲਵਸਤਾ ਨੂੰ ਟਵਾਈਜ਼ ਕਿਹਾ ਜਾਂਦਾ ਹੈ ਖੜਾਉਣਿਆਂ ਦੀ ਉਮਰ ਪ੍ਰਸ਼ਨ ਨੰਬਰ 19 ਅਚੇਤਨ ਮਨ ਦਾ ਅਧਿਐਨ ਕੀਤਾ ਜਾਂਦਾ ਹੈ ਨਰੀਖਣ ਦੁਆਰਾ ਮਨੋਸੈਂਸਲੇਸ਼ਨ ਆਤਮਿਕ ਵਿਧੀਆਂ ਦੁਆਰਾ ਅੰਤਰ ਵਿਧੀਆਂ ਦੁਆਰਾ ਬਾਹਰੀ ਵਿਧੀਆਂ ਦੁਆਰਾ ਸੋ ਆਪਸ਼ਨ ਨੰਬਰ 2 ਸਹੀ ਹੈ ਜੀ ਮਨੋਸੈਂਸਲੇਸ਼ਨ ਆਤਮਿਕ ਵਿਧੀਆਂ ਦੁਆਰਾ ਜਿਹੜਾ ਅਚੇਤਨ ਮਨ ਦਾ ਅਧਿਐਨ ਕੀਤਾ ਜਾਂਦਾ ਹੈ ਆਪ ਪ੍ਰਸ਼ਨ ਨੰਬਰ B RTE ਲਾਗੂ ਕਰਨ ਵਾਲਾ ਭਾਰਤ ਸੰਸਾਰ ਦਾ ਕਿੰਨਾ ਦੇਸ਼ ਹੈ ਬਰੀ ਇਪੋਰਟੈਂਟ ਪ੍ਰਸ਼ਨ ਹੈ ਜੀ आरटी लागू ਹੈ ਜਿਹੜਾ ਉਹ ਭਾਰਤ ਦੇ ਵਿੱਚ ਜਦੋਂ ਲਾਗੂ ਹੋਇਆ ਤਾਂ ਭਾਰਤ ਵਿੱਚ ਕੈਮਾ ਦੇਸ ਕਿੰਮਾ ਦੇਸ ਬਣਿਆ ਸੀ অপਸ਼ਨ ਨੰਬਰ 4 ਸਹੀ ਹੈ ਜੀ 135ਵਾਂ ਦੇਸ਼ ਸੀਗਾ ਜੀ ਭਾਰਤ ਆਰਟੀ ਲਾਗੂ ਕਰਨ ਵਾਲਾ ਸੋ ਦੋਸਤੋ ਇਹ ਸਨ ਚਾਈਲਡ ਡਵੈਲਪਮੈਂਟ ਨਾਲ ਸੰਬੰਧਿਤ ਬੀ ਵੈਰੀ ਇੰਪੋਰਟੈਂਟ ਪ੍ਰਸ਼ਨ ਸੋ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਦੇ ਨਾਲ ਤੁਹਾਡੇ ਲਈ ਲੈ ਕੇ ਆਵਾਂਗੇ ਅਤੀ ਮਹੱਤਵਪੂਰਨ ਪੂਰਨ ਪ੍ਰਸ਼ਨਾਂ ਦੀ ਜੋ 1500 ਪ੍ਰਸ਼ਨਾਂ ਦੀ ਲੜੀ ਆਪਾਂ ਸ਼ੁਰੂ ਕੀਤੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਜ਼ਰੂਰ ਕਰਨਾ ਦੋਸਤੋ ਤੁਹਾਡੇ ਲਾਈਕ ਕਰਨ ਨਾਲ ਸਾਡਾ ਹੌਸਲਾ ਵਧਦਾ ਹੈ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ